और मैं एक गल थोड़े सामने बह के सारे नूं कहूंगा कि आ जिहड़ा स्टैंड हुंदा ना अज क्रेडिबिलिटी दा किन्ना दिवालिया निकलिया होया इधरों उधर उधरों इधर ओ शख्स ने जो अज भी आपदे स्टैंड ते कायम ने। मैं ना जी एक बार मान साहब शायद थोड़ी नजर चो लंघी हुई फिल्म बनाई सी 2003 च हवाएं 84 देखी। मैं ना जाके मिलिया कुछ बंदियां नूं शाहदरा च, ਉਹ ਵਿਚਾਰੇ ਸਫ਼ਰ ਕਰ ਰਹੇ ਸੀ, ਵਿਕਟਮ ਸੀਗੇ ਤੇ ਉਹਨਾਂ ਨੇ ਨਾ ਆਪਦਾ ਜਿਹੜਾ ਮੇਨ ਦਰਵਾਜ਼ਾ ਸੀ ਉਹ ਉਵੇਂ ਰੱਖਿਆ ਸੀ ਜਿਹੜਾ ਸੱਪਲਾ ਮਾਰ ਮਾਰ ਤੋੜਿਆ ਗਿਆ ਸੀ। ਤੇ ਮੈਂ ਜਦੋਂ ਜਾ ਕੇ ਉਹਨਾਂ ਨੂੰ ਖੁਦ ਐਂ ਖੜ ਕੇ ਇੰਟਰਵਿਊ ਕੀਤਾ, ਉਹ ਸਾਰੀਆਂ ਗੱਲਾਂ ਦੱਸਣ ਲੱਗ ਗਏ ਕਿਵੇਂ ਉਹਨਾਂ ਦੇ ਨਾਲ ਇੱਕ 19 ਸਾਲ ਦਾ ਮੁੰਡਾ ਖੜਾ ਸੀ ਤੇ ਉਦੋਂ ਉਹ ਸੀਗਾ 9 ਮਹੀਨਿਆਂ ਦਾ। ਉਹਨਾਂ ਦੇ ਮੇਰਾ ਸਹੁਰਾ, ਮੇਰਾ ਘਰ ਵਾਲਾ, ਮੇਰਾ ਜੇਠ, ਮੇਰਾ ਆਪਣਾ ਦਿਓਰ ਸਾਰੇ ਮਾਰੇ ਗਏ। ਅਸੀਂ ਇੱਕ ਕਮਰੇ ਚ ਲੁਕ ਗਏ ਸੀਗੇ ਤੇ ਕਮਰੇ ਚ ਰੁਕਿਆਂ ਦੇ ਇਹ ਮੁੰਡਾ ਵੀ ਰੋ ਪਿਆ, ਬੱਚਾ ਸੀ ਉਹਨੂੰ ਥੋੜੀ ਪਤਾ ਸੀ। ਅਸੀਂ ਮੈਂ ਜੀ ਇੱਥੇ ਮਾਰਿਆ ਇਹ ਕਰਕੇ ਤਾਂ ਬੇਹੋਸ਼ ਹੋ ਗਏ ਤੇ ਬਚ ਗਏ ਅਸੀਂ। ਤੇ ਆਹ ਇਸ ਲਈ ਰੱਖਿਆ ਕਿ ਦਿੱਲੀ ਵਾਲਿਆਂ ਨੂੰ ਵੀ ਪਤਾ ਲੱਗਦਾ ਰਹੇ ਸਾਡੇ ਨਾਲ ਹੋਇਆ ਕੀ ਤੇ ਅਸੀਂ ਪਹਿਲਾਂ ਕੀ ਗੁਨਾਹ ਕੀਤਾ ਸੀ। ਮੈਂ ਉਹਨੂੰ ਮੁੰਡੇ ਨੂੰ ਇੱਕ ਗੱਲ ਪੁੱਛੀ, ਮੈਂ ਕਿਹਾ ਬੇਟਾ ਗੁੱਸਾ ਤਾਂ ਨਹੀਂ ਆਉਂਦਾ? ਕਹਿੰਦਾ ਆਉਂਦਾ ਜੀ, ਪਰ ਲੱਗਦਾ ਚਲੋ ਉਦੋਂ ਇੱਕ ਉਨਮਾਦ ਭੜਕਿਆ ਜਾਂ ਭੜਕਾਇਆ ਗਿਆ, ਗੱਲ ਖਤਮ ਹੋਈ। ਪਰ ਅੱਜ ਵੀ ਆਉਂਦਾ ਮੈਨੂੰ ਸਭ ਤੋਂ ਜ਼ਿਆਦਾ ਗੁੱਸਾ ਪਤਾ ਕਦੋਂ ਆਉਂਦਾ ਹੈ? ਕਹਿੰਦਾ ਜਦੋਂ ਜਿਹੜੇ ਕਰਨ ਵਾਲੇ ਸੀ ਅੱਜ ਬਲੈਕ ਕੈਟ ਕਮਾਂਡੋ ਲੈ ਕੇ ਘੁੰਮਦੇ ਨੇ ਕੰਮਾਂ ਦੇ ਸਾਹਮਣੇ। ਇਸ ਬੰਦੇ ਨੇ ਮੈਨੂੰ ਸ਼ਾਹਦਰਾ ਚ ਬਹਿ ਕੇ ਕਰੀ ਸੀ ਪੀਏ ਗੱਲ ਕਹੀ। ਹੁਣ ਇਹਨਾਂ ਨੂੰ ਸਭ ਤੋਂ ਵੱਡਾ ਮਸਲਾ ਕੀ ਹੋਊਗਾ ਕਿ ਜਿਨ੍ਹਾਂ ਨੇ ਕਰਵਾਇਆ, ਜਿਨ੍ਹਾਂ ਨੇ ਕੀਤਾ ਅੱਖਾਂ ਦੇ ਸਾਹਮਣੇ ਫਿਰਦੇ ਨੇ ਔਰ ਉਵੇਂ ਹੀ ਫਿਰਦੇ ਨੇ। ਆਹ ਜਿਹੜੀ ਗੱਲ ਹੈ ਨਾ, ਇਹ ਸਾਡੇ ਇੰਸਟੀਟਿਊਸ਼ਨਸ ਨੂੰ ਔਰ ਲੋਕਾਂ ਨੂੰ ਸੋਚਣੀ ਚਾਹੀਦੀ ਹੈ ਕਿ ਇਨਸਾਫ ਦਾ ਜਿਹੜਾ ਡਿਲੇ ਕਰਨਾ ਔਰ ਪਤਾ ਨਹੀਂ ਮਿਲਣਾ ਜਾਂ ਨਹੀਂ ਮਿਲਣਾ, ਉਹਦਾ ਨੁਕਸਾਨ ਅੱਗੇ ਅਸੀਂ ਕਿੱਡਾ ਵੱਡਾ ਕਰ। ਆਪਾਂ ਜਦੋਂ ਉਹਨਾਂ ਨੇ ਸਬਕ ਹਾਸਲ ਹੋਵੇ, ਇਬਰਤ ਹਾਸਲ ਹੋਵੇ ਤਾਂ ਤਾਂ ਹੋਊਗੀ, ਜਿੰਨਾ ਕਮ ਸੇ ਕਮ ਇਸ ਤੋਂ ਬਾਅਦ ਤਾਂ ਨਾ ਹੋਵੇ। ਬਾਅਦ ਚ ਬੜਾ ਰੌਲਾ ਪਾਉਂਦੇ ਜੀ, ਆਹ ਮੁੱਖ ਮੰਤਰੀ ਬਣ ਗਿਆ ਸੀ, ਆਹ ਵੱਡਾ ਹੋਰ ਮੰਤਰੀ ਬਣ ਗਿਆ, ਸਭ ਤੋਂ ਪਹਿਲਾਂ ਸ਼ੁਰੂ ਕਿਹਨੇ ਕੀਤਾ? ਇਨਫੋਰਮੇਸ਼ਨ ਬ੍ਰੌਡਕਾਸਟਿੰਗ ਮਿਨਿਸਟਰ ਕਿਹਨੇ ਬਣਾਇਆ ਸੀ? ਅਸੀਂ ਤਾਂ ਤਰੀਕਾ ਹੀ ਹੋਰ ਬਣਾ ਲਿਆ ਕੋਈ ਤੇ। ਆਹ ਦੋਸ਼ ਕਿਹਨਾਂ ਨੂੰ ਦਿੱਤਾ ਜਾਂਦਾ ਜੀ? ਇੱਕ ਕਮਿਊਨਿਟੀ ਹੈ, ਆਹ ਬੈਠੇ ਹੋ ਕਮਿਊਨਿਟੀ ਦੇ ਰਿਪ੍ਰੈਜ਼ੈਂਟੇਟਿਵ ਆਪਣੇ ਨਾਲ ਆ ਕੇ ਕਿ ਭਾਈ ਅਸੀਂ ਤੁਹਾਡੇ ਨਾਲ ਹੈ, ਅਸੀਂ ਨਹੀਂ ਤੁਹਾਡੇ ਉਲਟ, ਸਾਨੂੰ ਬਣਾ ਦਿੱਤਾ ਜਾਂਦਾ ਨਾਲ ਹੈ। ਰੱਬ ਇਹਨੇ ਨੂੰ ਸਮਤ ਬਖਸ਼ੇ ਇਹਨਾਂ ਨੂੰ, ਮੈਂ ਕੁਛ ਕਰ ਸਕਾਂ। ਰੌਲਾ ਪਾਉਂਦੇ ਇੱਕ ਪਤਾ ਕੀ ਕਿ ਜੀ ਹਿੰਦੂ ਸਿੱਖੇ ਕਿਤਾ ਰੌਲਾ ਪਾਉਂਦੇ, ਕਹਿੰਦੇ ਜੀ ਮੁਸਲਮਾਨ ਸਿੱਖੇ ਕਿਤਾ, ਕਹਿੰਦੇ ਹਿੰਦੂ ਸਿੱਖੇ ਕਿਤਾ। ਮੈਂ ਕਿਹਾ ਜਿਹੜੀ ਟੁੱਟੀ ਨੀ ਫਿਰ ਉਹ ਏਕਤਾ, ਤੁਸੀਂ ਇਹ ਕਾਹਦੀ ਕਰਨਾ? ਏਕਤਾ ਤਾਂ ਹਿੰਦੂ ਸਿੱਖੇ ਏਕਤਾ ਤਾਂ ਕਿ ਜੇ ਟੁੱਟੀ ਹੋਵੇ ਨਾ, ਅਸੀਂ ਬੱਸ ਚ ਲੜਦੇ ਹਾਂ, ਨਾ ਅਸੀਂ ਦੁਕਾਨ ਤੇ ਲੜਦੇ ਹਾਂ, ਨਾ ਅਸੀਂ ਵਪਾਰ ਚ ਲੜਦੇ ਹਾਂ, ਨਾ ਅਸੀਂ ਵਪਾਰ ਵਿਆਹ ਚ ਲੜਦੇ ਹਾਂ, ਨਾ ਅਸੀਂ ਕਿਤੇ ਗੁਰਦੁਆਰੇ ਚ ਲੜੀ ਜਾਂਦੇ, ਕਿਤੇ ਅਸੀਂ ਤਾਂ ਲੜਦੇ ਹੀ ਨੀ ਗਏ। ਜਿਹੜੇ ਲੜਾਉਂਦੇ ਆ ਤੁਸੀਂ ਹੋਰ ਗੱਲ ਦੇਖੋ ਕਿ ਇੰਨੇ ਵੱਡੇ ਰਿਐਕਸ਼ਨ ਹੋਏ ਨੇ, ਕਦੇ ਕੋਈ ਇੱਥੇ ਦੰਗਾ ਹੋਇਆ ਨਹੀਂ ਜੀ? ਕਦੇ ਵੀ ਕਿਸੇ ਨੇ ਤੁਹਾਨੂੰ ਘੇਰ ਕੇ ਪੁੱਛਿਆ ਨੇ ਵੀ ਆਹ ਕਿਉਂ ਕੀਤਾ? ਸੋਚ ਨਹੀਂ ਸਕਦੇ? ਨਹੀਂ ਵੇਖੋ ਕਿੱਡੇ ਵੱਡੇ ਰਿਐਕਸ਼ਨ ਦਰਬਾਰ ਸਾਹਿਬ ਚ ਵੀ ਕਰਤਾ, ਸੋਚ ਸਕਦੇ? ਤੇ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਏਕਤਾ ਦੀ ਗੱਲ ਤਾਂ ਕਹੋ ਜੇ ਨਿਖੇੜਾ ਹੋਇਆ ਹੋਵੇ। ਹੁਣ ਤੁਸੀਂ ਦੱਸੋ, ਇੱਕ ਸੀ ਭਿੱਖੀ ਪਿੰਡ, ਭਿੱਖੀ ਪਿੰਡ ਪ੍ਰਧਾਨ ਸਾਹਿਬ ਤੇ ਅਸੀਂ ਗਏ ਹੜ੍ਹ ਚ, ਅਸੀਂ ਬਹਿ ਗਏ ਸਰਕਟ ਹਾਊਸ ਹਰੀ ਕੇ ਪੱਤਨ, ਪ੍ਰਧਾਨ ਸਾਹਿਬ ਨੇ ਵੇਖਿਆ ਉੱਥੇ ਧਰਨਾ ਲੱਗਿਆ ਹੋਇਆ ਭਿੱਖੀ ਪਿੰਡ, ਇੱਕ ਮੰਦਿਰ ਦੀ ਜਗ੍ਹਾ ਤੇ ਨਾਲ ਕਬਜ਼ਾ ਕਰ ਲਿਆ, ਕਬਜ਼ਾ ਕਰ ਲਿਆ ਉਹਨਾਂ ਨੇ ਬਲਟੋਏ ਨੇ, ਬੰਦਿਆਂ ਨੇ ਵਿਰਸਾ ਸਿੰਘ ਬਲਟੋਆ, ਪ੍ਰਧਾਨ ਸਾਹਿਬ ਦਾ ਇੱਕ ਗੰਨਮੈਨ ਸੀ ਤੇ ਉਹਨਾਂ ਦੇ ਘਰੇ ਖੰਡ ਪਰ ਦਾ ਭੋਗ ਸੀ, ਅਸੀਂ ਡਿਸਕਸ ਕੀਤੀ। ਪ੍ਰਧਾਨ ਸਾਹਿਬ ਭੋਗ ਤੇ ਰੁਕੇ, ਕਹਿੰਦੇ ਚਲੋ ਮੈਂ ਉੱਥੇ ਚੱਲਿਆ। ਜਦੋਂ ਅਸੀਂ ਭਿੱਖੀ ਪਿੰਡ ਗਏ, ਜਦੋਂ ਵੇਖਿਆ ਵਿਚਾਰੇ ਬੈਠੇ, ਉਹ ਜਿਹੜਾ ਮੰਦਿਰ ਦੇ ਵਿੱਚ ਗਏ ਉਹ ਸਿਰ ਸਿੱਟੀ ਬੈਠੇ ਵਿਚਾਰੇ, ਫਿਰ ਗਏ ਮੂਰਤੀਆਂ ਕਢਾਈਆਂ, ਕਢਾ ਕੇ ਧੁਆਈਆਂ ਸਾਫ਼ ਕਰਾਈਆਂ ਤੇ ਪਰਚਾ ਦਰਜ ਕਰਾ ਕੇ ਆਇਆ। ਹੁਣ ਤੁਸੀਂ ਦੱਸੋ ਵੀ ਹੁਣ ਬੇਅੰਤ ਸਿੰਘ ਨੇ ਸਾਡਾ ਜ਼ੁਲਮ ਕੀਤਾ, ਸਿੱਖ ਨਹੀਂ ਅਸੀਂ ਉਹਨੂੰ ਨਹੀਂ ਰੋਂਦੇ? ਕੇਪੀ ਇਸ ਗੱਲ ਨੇ ਸਾਡੇ ਬੱਚੇ ਮਾਰੇ ਆ, ਤੇ ਪ੍ਰਧਾਨ ਸਾਹਿਬ ਨੇ ਮੋਦੀ ਨੂੰ ਐਡਵਾਈਜ਼ਰ ਲਾ ਲਿਆ, ਮਾਨ ਸਾਹਿਬ ਮੈਂਬਰ ਪਾਰਲੀਮੈਂਟ ਸੀ, ਉਹਨਾਂ ਨੇ ਕਹਿਤਾ ਜੀ ਇਹ ਬੰਦਾ ਬੀਬੀਆਂ ਦੀ ਇੱਜ਼ਤ ਲੁੱਟਦਾ ਤੇ ਫਿਰ ਲੁੱਟੂਗਾ ਸਿੱਖਾਂ ਨੂੰ ਬੋ ਬੈਕ। ਉਸੇ ਟਾਈਮ ਨੂੰ
वापस का डिवाइजर होना पाया। असि तो लड़ाई सारे लड़े हैं, वो ही लड़ते हैं। साड़ी लड़ाई जुल्म नाल, जुल्म करन नाल कोई भी है, भावें सिख है, मुसलमान है, हिंदू है, साड़ी लड़ाई सारे की जुल्म नाल है। पूरी और मैं एक गल थोड़े सामने बह के सारे कहूंगा कि आ जड़ा स्टैंड हुंदा ना अज क्रेडिबिलिटी दा किन्ना दिवालिया निकलिया होया इधरों उधर उधरों इधर यो शख्स ने जो अज भी आपदे स्टैंड ते कायम ने जो क्या उसने अज भी खड़े ने ये कुछ सौखी गल नहीं होंगी कि कह जे कोई आए तो खड़ा रहे अज तक टपुसी मारी है इधर टपुसी मारी है इधर हुण इहदा नां राजनीति है जी सही गल है सही राज नूं चलाउण वाली नीति ਉਹ ਹੈ ਹੀ ਨਹੀਂ ਕਿਤੇ ਤੁਸੀਂ ਮਾਰਨਾ ਰਾਜਨੀਤੀ ਚੰਗਾ ਜੀ ਠੀਕ ਹੈ ਅਗਰ ਚ ਖੜਾ ਤਾਂ ਚਲੋ ਆਓ ਜੀ ਇੱਥੇ ਖੜੇ ਨਾ ਸੁਖਰਾਜ ਆ ਖੜਾ